ਹਾਂ ਜੀ ਤੋਂ ਸਤਿ ਸ਼੍ਰੀ ਅਕਾਲ ਜੀ ਮੈਂ ਰਮਨਦੀਪ ਸਿੰਘ ਬੜੀ ਫਿਰ ਹਾਜ਼ਰਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ ਸੋ ਸਵਾਗਤ ਕਰਦੇ ਹਾਂ ਜੀ ਸਾਰਨ ਇੱਕ ਵਾਰ ਤੋਂ ਫਿਰ ਇਸ ਚੈਨਲ 'ਤੇ ਸੋ ਅੱਜ ਦੀਸ ਕਲਾਸ ਦੇ ਵਿੱਚ ਆਪਾਂ ਪੰਜਾਬ ਜੀ ਕੇ ਦਾ 16 ਨੰਬਰ ਪਾਰਟ ਜਿਹੜਾ ਹੈ ਉਸ ਨੂੰ ਡਿਸਕਸ ਕਰਾਂਗੇ ਜੋ ਕਿ ਆਪਣੀ ਐਮ ਸੀ ਕਯੂ ਸੀਰੀਜ਼ ਸ਼ੁਰੂ ਕੀਤੀ ਹੈ ਪੰਜਾਬ ਪੁਲਿਸ ਪਟਵਾਰੀ ਪੀ ਐਸ ਪੀ ਸਿਲ ਤੇ ਪੀ ਐਸਟੈਟ ਤੇ ਮਾਸਟਰ ਕੈਟੇਗਰੀ ਐਗਜ਼ਾਮ ਦੇ ਲਈ ਸੋ ਲਗਭਗ ਸਾਰੇ ਇਗਜ਼ਾਮ ਦੇ ਲਈ ਤੁਹਾਨੂੰ ਇਹ ਸੈਸ਼ਨ ਜਿਹੜੇ ਉਹ ਹੈਲਪਫ ਰਹਿਣਗੇ ਅਤੇ ਸਾਰੇ ਹੀ ਜਿੰਨੀ ਆਪਣੀ ਐਮਸੀਕਿਊ ਸੀਰੀਜ਼ ਰਹੇਗੀ ਇਹ ਪ੍ਰੀਵੀਅਸ ਪੇਪਰ ਦੇ ਉੱਪਰ ਆਧਾਰਿਤ ਰਹੇਗੀ ਜੋ ਕਿਸੇ ਨਾ ਕਿਸੇ ਇਗਜ਼ਾਮ ਦੇ ਵਿੱਚ ਕੁਐਸਚਨ ਆਏ ਹੋਣੇ ਸੋ ਉਹਨਾਂ ਸਾਰਿਆਂ ਨੂੰ ਹੀ ਆਪਾਂ ਕਵਰ ਕਰ ਰਹੇ ਹਾਂ ਸੋ ਅੱਜ ਇਸ ਕਲਾਸ ਦੇ ਵਿੱਚ ਆਪਾਂ ਨਾਮਧਾਰੀ ਲਹਿਰ 1857 ਦੇ ਵਿਦਰੋਹ ਕੋਕਾ ਲਹਿਰ ਖਾਲਸਾ ਟਰੈਕਟਰ ਸੁਸਾਇਟੀ ਅਤੇ ਚੀਫ ਖਾਲਸਾ ਦੀਵਾਨ ਦੇ ਨਾਲ रिलेटेड ਜਿਹੜੇ ਐਮਸੀਕਿਊ ਨੇ ਸੋ ਉਹਨਾਂ ਨੂੰ ਲੈ ਕੇ ਡਿਸਕਸ ਕਰਾਂਗੇ ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਵਾਟਸਐਪ ਗਰੁੱਪ ਰਿਮਾਈਂਡ ਕਰਨ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਅਤੇ ਇਹਨਾਂ ਕਲਾਸਾਂ ਦੀ ਜਿਹੜੀ ਪੀਡੀਐਫ ਹੈ ਉਹ ਤੁਸੀਂ ਰਮਨੈਂਸ ਇੰਸਟੀਟਿਊਟ ਦੀ ਜੋ ਐਪ ਹੈ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਉੱਥੇ ਤੁਹਾਨੂੰ ਇਹਨਾਂ ਕਲਾਸਾਂ ਦੀ ਪੀਡੀਐਫ ਹੈ ਜਿਹੜੀ ਉਹ ਬੇਜ ਜਾਵੇਗੀ। ਆ ਸ਼ੁਰੂ ਕਰਦੇ ਹਾਂ ਸੈਸ਼ਨ 301 ਨੰਬਰ ਕੁਐਸਚਨ ਆਪਣਾ ਅੱਜ ਦਾ। ਸੋ ਪੰਜਾਬ ਨੂੰ ਅੰਗਰੇਜ਼ੀ ਰਾਜ ਦੇ ਵਿੱਚ ਮਿਲਾਉਣ ਸਮੇਂ ਇੰਗਲੈਂਡ ਦੀ ਮਹਾਰਾਣੀ ਕੌਣ ਸੀਗੀ ਜੀ? ਮਹਾਰਾਣੀ ਅਲੀਜ਼ਾਬੈਥ, ਮਹਾਰਾਣੀ ਡਾਇਨਾ, ਮਹਾਰਾਣੀ ਰੋਜ਼ਮਰੀ, ਮਹਾਰਾਣੀ ਵਿਕਟੋਰੀਆ। ਜਿਸ ਸਮੇਂ ਦੇ ਵਿੱਚ ਪੰਜਾਬ ਨੂੰ ਬ੍ਰਿਟਿਸ਼ ਭਾਰ ਦੇ ਵਿੱਚ ਸ਼ਾਮਲ ਕੀਤਾ ਗਿਆ ਤਾਂ ਉਸ ਸਮੇਂ ਦੇ ਉੱਪਰ ਇੰਗਲੈਂਡ ਦੀ ਜਿਹੜੀ ਰਾਣੀ ਸੀਗੀ ਉਹ ਕੌਣ ਸੀਗੀ ਜੀ ਉਸ ਸਮੇਂ ਦੇ ਉੱਪਰ ਸੋ ਉਸ ਸਮੇਂ ਦੇ ਉੱਪਰ ਜੇ ਆਪਾਂ ਗੱਲ ਕਰਗੀ ਇੰਗਲੈਂਡ ਦੀ ਰਾਣੀ ਦੀ ਤਾਂ ਉਹ ਸੀਗੀ ਜੀ ਮਹਾਰਾਣੀ ਵਿਕਟੋਰੀਆ ਜਿਸ ਸਮੇਂ ਦੇ ਵਿੱਚ ਪੰਜਾਬ ਨੂੰ ਅੰਗਰੇਜ਼ੀ ਸਮਰਾਜ ਦੇ ਵਿੱਚ ਸ਼ਾਮਲ ਕੀਤਾ ਗਿਆ ਸੀਗਾ ਪੰਜਾਬ ਨੂੰ 29 ਮਾਰਚ 1849 ਨੂੰ 29 ਮਾਰਚ 1849 ਨੂੰ ਭਾਰਤ ਦੇ ਵਿੱਚ ਜਾਨੀ ਕਿ ਬ੍ਰਿਟਿਸ਼ ਭਾਰਤ ਦੇ ਵਿੱਚ ਸ਼ਾਮਿਲ ਕਰ ਲਿਆ ਗਿਆ ਸੀਗਾ ਇਹ ਸਭ ਤੋਂ ਆਖਿਰ ਦੇ ਵਿੱਚ ਜਿਹੜਾ ਹੈ ਭਾਰਤ ਦੇ ਵਿੱਚ ਸ਼ਾਮਿਲ ਹੋਇਆ ਸੀਗਾ ਬਾਕੀ ਸਾਰੇ ਲਗਭਗ ਇਸ ਤੋਂ ਪਹਿਲਾਂ ਜਿਹੜੇ ਉਹ ਸ਼ਾਮਿਲ ਹੋ ਗਏ ਸੀਗੇ ਉਸ ਸਮੇਂ ਦੇ ਉੱਪਰ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਸੀਗੀ ਅਤੇ 29 ਮਾਰਚ 1849 ਦੀ ਇਹ ਗੱਲ ਰਹੀ ਹੈ ਕਿ ਆ ਕੀ ਜਿਸ ਸਮੇਂ ਦੇ ਉੱਪਰ ਇੰਗਲੈਂਡ ਦੀ ਜਦੋਂ ਇਸ ਸਮੇਂ ਪੰਜਾਬ ਨੂੰ ਅੰਗਰੇਜ਼ੀ ਸਮਰਾਜ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਉਸ ਸਮੇਂ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਸੀ ਜਿਸ ਸਮੇਂ ਪੰਜਾਬ ਨੂੰ ਬ੍ਰਿਟਿਸ਼ ਬ੍ਰਿਟਿਸ਼ ਸਮਰਾਜ ਦੇ ਵਿੱਚ ਸ਼ਾਮਲ ਕੀਤਾ ਉਸ ਸਮੇਂ ਉੱਪਰ ਇੰਗਲੈਂਡ ਦਾ ਪ੍ਰਧਾਨ ਮੰਤਰੀ ਜੋਹਨ ਰਸਲ ਸੀਗਾ ਜਿਸ ਸਮੇਂ ਪੰਜਾਬ ਨੂੰ ਅੰਗਰੇਜ਼ੀ ਸਮਰਾਜ ਦੇ ਵਿੱਚ ਮਿਲਾਇਆ ਗਿਆ ਉਸ ਸਮੇਂ ਭਾਰਤ ਦਾ ਗਵਰਨਰ ਜਨਰਲ ਸੀਗਾ ਲਾਰਡ ਦਲਹੋਜੀ ਲਾਡਲਹੋਜੀ ਨੂੰ ਭਾਰਤ ਦਾ ਆਧੁਨਿਕ ਭਾਰਤ ਦਾ ਪਿਤਾਮਾ ਕਿਹਾ ਜਾਂਦਾ ਹੈ ਕਾਫੀ ਜ਼ਿਆਦਾ ਆਉਂਦਾ ਹੈ ਐਗਜ਼ਾਮ ਦੇ ਵਿੱਚ ਧਿਆਨ ਰੱਖਣਾ ਠੀਕ ਹੈ ਆਧੁਨਿਕ ਭਾਰਤ ਦਾ ਪਿਤਾਮਾ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਰੇਲਵੇ ਦਾ ਜਨਕ ਕਿਹਾ ਜਾਂਦਾ ਹੈ ਅਤੇ ਡਾਕ ਤਾਰ ਦਾ ਜਿਹੜਾ ਹੈ ਜਨਕ ਕਿਹਾ ਜਾਂਦਾ ਹੈ ਪਿਤਾਮਾ ਕਿਹਾ ਜਾਂਦਾ ਹੈ ਇਸ ਨੂੰ ਡਾਕ ਤਾਰ ਦਾ ਸੋ ਇਹ ਕਾਫੀ ਇੰਪੋਰਟੈਂਟ ਨੇ ਕਿ ਇਹ ਵੀ ਤੁਸੀਂ ਯਾਦ ਰੱਖਣਾ ਹੈ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ 2 ਮਾਲਵਾ ਪ੍ਰਦੇਸ਼ ਨੂੰ ਬ੍ਰਿਟਿਸ਼ ਰਾਜ ਦੇ ਵਿੱਚ ਕਿਸ ਨਾਂ ਦੇ ਨਾਲ ਜਾਣਿਆ ਜਾਂਦਾ ਸੀ ਬਾਂਗਰ ਪ੍ਰਦੇਸ਼ ਸਤਲੁਜ ਦੇ ਇਸ ਪਾਰ ਜੰਗਲ ਦੇ ਖੇਤਰ ਜਾਂ ਸਤਲੁਜ ਦਾ ਮੱਧ ਖੇਤਰ ਜਿਸ ਸਮੇਂ ਦੇ ਉੱਪਰ ਬ੍ਰਿਟਿਸ਼ਾਂ ਦਾ ਜਿਹੜਾ ਹੈ ਪੰਜਾਬ ਦੇ ਉੱਪਰ ਕਬਜ਼ਾ ਹੋ ਗਿਆ ਸੀਗਾ ਤਾਂ ਉਸ ਸਮੇਂ ਜਿਹੜਾ ਮਾਲਵਾ ਦਾ ਪ੍ਰਦੇਸ਼ ਸੀਗਾ ਪੰਜਾਬ ਵਾਲੀ ਦੀ ਗੱਲ ਕਰਦੇ ਆਪਾਂ ਸੋ ਉਸ ਨੂੰ ਕੀ ਕਿਹਾ ਜਾਂਦਾ ਸੀ ਉਸ ਸਮੇਂ ਦੇ ਉੱਪਰ ਤਾਂ ਉਸ ਨੂੰ ਕਿਹਾ ਜਾਂਦਾ ਸੀਗਾ ਜੀ ਸਤਲੁਜ ਦੇ ਇਸ ਪਾਰ ਮਾਲਵਾ ਪ੍ਰਦੇਸ਼ ਦੀ ਗੱਲ ਕਰਦੇ ਹਾਂ ਅਤੇ ਧਿਆਨ ਰੱਖਣਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਵੀ ਆਪਾਂ ਗੱਲ ਕਰ ਗਏ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਵੀ ਇਹ ਜਿਹੜਾ ਸਤਲੁਜ ਦਾ ਖੇਤਰ ਹੈ ਆਪਾਂ ਮਾਲਵੇ ਦਾ ਖੇਤਰ ਹੈ ਇਹ ਅੰਗਰੇਜ਼ਾਂ ਦੇ ਅਧੀਨ ਹੀ ਸੀਗਾ ਕਿਉਂਕਿ ਸੰਧੀ ਹੋਈ ਸੀਗੀ ਤੇ ਉਸ ਸੰਧੀ ਦੇ ਤਹਿਤ ਇਹ ਮੈਂਸ਼ਨ ਕਰ ਦਿੱਤਾ ਗਿਆ ਸੀਗਾ ਕਿ ਸਤਲਜ ਦੇ ਉੱਪਰਲਾ ਹਿੱਸਾ ਉੱਤਰਲਾ ਉੱਤਰ ਵਾਲਾ ਖੇਤਰ ਜਿਹੜਾ ਉਹ ਤਾਂ ਰਹੇਗਾ ਮਹਾਰਾਜਾ ਰਣਜੀਤ ਸਿੰਘ ਦੇ ਅੰਦਰ ਅਤੇ ਨੀਚੇ ਵਾਲਾ ਹਿੱਸਾ ਜਣੀ ਦੱਖਣ ਵਾਲਾ ਹਿੱਸਾ ਜਿਹੜਾ ਉਹ ਰਹੇਗਾ ਬ੍ਰਿਟਿਸ਼ ਦੇ ਅੰਦਰ ਸੰਧੀ ਦੇ ਦੌਰਾਨ ਇਹ ਸਮਝੋਤਾ ਕੀਤਾ ਗਿਆ ਸੀਗਾ ਕਿ ਨਾ ਤਾਂ ਮਹਾਰਾਜਾ ਰਣਜੀਤ ਸਿੰਘ ਸਾਊਥ ਦੇ ਵਿੱਚ ਹਮਲਾ ਕਰ ਸਕਦਾ ਸੀ ਤੇ ਨਾ ਹੀ ਅੰਗਰੇਜ਼ ਜਿਹੜੇ ਆ ਉਹ ਉੱਤਰ ਦੇ ਵਿੱਚ ਸਤਲੁਜੇ ਜਾ ਕੇ ਹਮਲਾ ਕਰ ਸਕਦੇ ਸੀ ਇਹ ਸੰਧੀ ਦੇ ਤਹਿਤ ਹੋ ਪਾਇਆ ਸੀਗਾ ਇਹ ਮਾਲਵਾ ਪ੍ਰਦੇਸ਼ ਸੀਗਾ ਤਿੰਨ ਨੰਬਰ ਕੁਐਸਚਨ ਹੈ ਜੀ ਪੰਜਾਬ ਨੂੰ ਅੰਗਰੇਜ਼ੀ ਰਾਜ ਦੇ ਵਿੱਚ ਸ਼ਾਮਲ ਕਰਨ ਤੋਂ ਬਾਅਦ ਇਸ ਦਾ ਨਾਮ ਕੀ ਰੱਖਿਆ ਗਿਆ ਸਬਤ ਸਿੱਧੂ ਪੰਜਾਬ ਪ੍ਰਾਂਤ ਪੈਪਸੋ ਜਾਂ ਮਹਾਪੰਜਾਬ ਜਿਸ ਸਮੇਂ ਦੇ ਉੱਪਰ ਪੰਜਾਬ ਨੂੰ ਅੰਗਰੇਜ਼ੀ ਸਮਰਾਜ ਦੇ ਵਿੱਚ ਸ਼ਾਮਲ ਕੀਤਾ ਗਿਆ ਉਸ ਸਮੇਂ ਦੇ ਉੱਪਰ ਇਹਦਾ ਨਾਮ ਹੈ ਜਿਹੜਾ ਉਹ ਚੇਂਜ ਕਰ ਦਿੱਤਾ ਕਿਉਂਕਿ ਵੱਖਰੇ ਵੱਖਰੇ ਸਮੇਂ ਦੇ ਵਿੱਚ ਪੰਜਾਬ ਦੇ ਵੱਖਰੇ ਵੱਖਰੇ ਨਾਮ ਰਹੇ ਹੋਗੇ ਪਰ ਜਦੋਂ ਅੰਗਰੇਜ਼ਾਂ ਨੂੰ ਇਸ ਨੇ ਆਪਣੇ ਅੰਡਰ ਕਰ ਲਿਆ ਤਾਂ ਉਸ ਸਮੇਂ ਇਹਨਾਂ ਦੇ ਇਹਦਾ ਨਾਮ ਰੱਖ ਦਿੱਤਾ ਸੀ ਪੰਜਾਬ ਪ੍ਰਾਂਤ ਤਾਂ ਉਸ ਸਮੇਂ ਦੇ ਉੱਪਰ ਇਸ ਨੂੰ ਪੰਜਾਬ ਪ੍ਰਾਂਤ ਦਾ ਜਿਹੜਾ ਉਹ ਨਾਮ ਦਿੱਤਾ ਸੀਗਾ ਸਭ ਤੋਂ ਪੁਰਾਣਾ ਨਾਮ ਸੱਤ ਸਿੱਧੂ ਰਹਿੰਦਾ ਹੈ ਜੋ ਕਿ ਰਗਵੇਦਿਕ ਕਾਲ ਦੇ ਵਿੱਚ ਸੀਗਾ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਇਸ ਨੂੰ ਲਾਹੌਰ ਰਾਜ ਕਹੇ ਦਿੱਤਾ ਜਾਂਦਾ ਹੈ ਮੱਧ ਕਾਲ ਦੇ ਸਮੇਂ ਦੇ ਵਿੱਚ ਲਾਹੌਰ ਸੂਬਾ ਕਹੇ ਦਿੱਤਾ ਜਾਂਦਾ ਕਿਉਂਕਿ ਉਸ ਸਮੇਂ ਦੀ ਕੈਪੀਟਲ ਜਿਹੜੀ ਹੈ ਉਹ ਲਾਹੌਰ ਸੀਗੀ ਅਤੇ 1849 ਦੇ ਵਿੱਚ ਪੰਜਾਬ ਦਾ ਨਾਮ ਬਦਲ ਕੇ ਪੰਜਾਬ ਪ੍ਰਾਂਤ ਤੇ ਵਰਤਮਾਨ ਸਮੇਂ ਤੋਂ ਨਾਮ 1950 ਤੋਂ ਚੱਲ ਰਿਹਾ ਹੈ ਜੋ ਕਿ ਪੰਜਾਬ ਨਾਮ ਦੇ ਨਾਲ ਪ੍ਰਸਿੱਧ ਹੈ ਪੰਜਾਬ ਦਾ ਮਤਲਬ ਹੈ ਪੰਜ ਦਰਿਆਵਾਂ ਦੀ ਧਰਤੀ ਪੰਜ ਆਪ ਯਾਨੀ ਕਿ ਪੰਜ ਦਰਿਆਵਾਂ ਦੀ ਜਿਹੜੀ ਧਰਤੀ ਦੇ ਆਧਾਰ ਦੇ ਉੱਪਰ ਇਸ ਦਾ ਨਾਮ ਆ ਜਿਹੜਾ ਉਹ ਪੰਜਾਬ ਰੱਖਿਆ ਗਿਆ ਹੈ ਚਾਰ ਨੰਬਰ ਕੁਐਸਚਨ ਹੈ ਪੰਜਾਬ ਰਾਜ ਨੂੰ ਅੰਗਰੇਜ਼ੀ ਸਮਰਾਜ ਦੇ ਵਿੱਚ ਕਦੋਂ ਸ਼ਾਮਲ ਕੀਤਾ ਗਿਆ 29 April 1849 29 May 1849 29 March 1849 29 June 1849 ਪੰਜਾਬ ਰਾਜ ਨੂੰ ਅੰਗਰੇਜ਼ੀ ਸਮਰਾਜ ਦੇ ਵਿੱਚ 29 ਮਾਰਚ 1849 ਨੂੰ ਜਿਹੜਾ ਹੈ ਉਹ ਸ਼ਾਮਿਲ ਕੀਤਾ ਗਿਆ ਸੀਗਾ ਇਸ ਸ਼ਾਮਿਲ ਕਰਨ ਦੇ ਪਿੱਛੇ ਸਭ ਤੋਂ ਵੱਡਾ ਫੈਕਟਰੀ ਸੀਗਾ ਕਿ ਲਾਰਡ ਹੋਜੀ ਦੇ ਦੁਆਰਾ ਬਣਾਈਆਂ ਗਈਆਂ ਨੀਤੀਆਂ ਤੇ ਦੂਸਰਾ ਸੀਗਾ ਐਂਗਲੋ ਸਿੱਖ ਯੁੱਧ ਸੈਕੰਡ ਉਹਦੇ ਕਾਰਨ ਕਰਕੇ ਪੰਜਾਬ ਦੀ ਹਾਰ ਹੁੰਦੀ ਹੈ ਸਿੱਖਾਂ ਦੀ ਹਾਰ ਹੁੰਦੀ ਹੈ ਜਿਸ ਤੋਂ ਬਾਅਦ ਪੰਜਾਬ ਨੂੰ ਬ੍ਰਿਟਿਸ਼ ਭਾਰ ਦੇ ਵਿੱਚ ਸ਼ਾਮਿਲ ਕਰ ਲਿਆ ਜਾਂਦਾ ਹੈ ਸਭ ਤੋਂ ਵੱਡੀ ਜਿਹੜੀ ਕਹਿ ਸਕਦੇ ਹਾਂ ਕਾਰਨ ਸੀਗਾ ਇਸ ਦੇ ਲਈ ਉਹ ਸੀਗਾ ਜੀ ਦੂਜਾ ਐਂਗਲੋ ਸਿੱਖ ਯੁੱਧ ਜੋ ਕਿ 18 April 1800 48 ਤੋਂ ਲੈ ਕੇ 29 ਮਾਰਚ 1849 ਤੱਕ ਚੱਲਦਾ ਹੈ ਇਹ ਜੁੱਧ 11 ਮਹੀਨੇ 1 ਹਫ਼ਤਾ 4 ਦਿਨਾਂ ਤੱਕ ਚੱਲਦਾ ਹੈਗਾ ਇਹ ਲੜਾਈ ਈਸਟ ਇੰਡੀਆ ਕੰਪਨੀ ਤੇ ਸਿੱਖ ਸਮਰਾਜ ਦੇ ਵਿਚਕਾਰ ਹੁੰਦੀ ਹੈ ਕਿ ਆਗੀ ਇਸ ਲੜਾਈ ਦੇ ਵਿੱਚ ਈਸਟ ਇੰਡੀਆ ਕੰਪਨੀ ਦੀ ਅਗਵਾਈ ਕਰ ਰਿਆ ਸੀਗਾ ਸਰ ਹਿਊ ਗਫ ਹਰਬਰਟ ਬੈਂਜਮਨ ਐਡਵਰਸ ਸਰ ਵਾਲਟਰ ਗਿਲਬਰਟ ਅਤੇ ਸਿੱਖ ਸਮਰਾਜਾਂ ਦੀ ਅਗਵਾਈ ਕਰ ਰਿਆ ਸੀਗਾ ਜੀ ਮਹਾਰਾਣੀ ਜਿੰਦਾ ਸ਼ੇਰ ਸਿੰਘ ਅਟਾਰੀ ਵਾਲਾ ਛਤਰ ਸਿੰਘ ਅਟਾਰੀ ਵਾਲਾ ਤੇ ਦੀਵਾਨ ਮੋਲਰਾਜ ਚੋਪੜਾ ਜੇਤੂ ਇਸ ਦੇ ਵਿੱਚ ਬ੍ਰਿਟਿਸ਼ ਰਹਿੰਦੇ ਆ ਜਿਹਦੇ ਕਾਰਨ ਕਰਕੇ ਲਾਰਡ ਲਹੋਜੀ ਦੇ ਅਗਵਾਈ ਦੇ ਹੇਠ ਉਸ ਦੀ ਦੇਖ ਰੇਖ ਦੇ ਹੇਠ ਪੰਜਾਬ ਨੂੰ ਬ੍ਰਿਟਿਸ਼ ਭਾਰ ਦੇ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈਗਾ ਗੱਲ ਸੇ ਮਨ ਹੈ ਇਸ ਤਲਾਬਾ ਤੇਜਾ ਸਿੰਘ ਤੇ ਲਾਲ ਸਿੰਘ ਸਿਕਾ ਜਿਹੜਾ ਉਹਨਾਂ ਦੀ ਗਦਾਰੀ ਦੇ ਕਾਰਨ ਕਰਕੇ ਇਹ ਪਹਿਲਾ ਤੇ ਦੂਜਾ ਐਂਗਲੋ ਸਿੱਖ ਯੁੱਧ ਜਿਹੜਾ ਹੈ ਉਹ ਸਿੱਖ ਹਾਰਦੇ ਹੈ ਨਹੀਂ ਤਾਂ ਲਗਭਗ ਇਹਨਾਂ ਦੋਨਾਂ ਯੁੱਧਾਂ ਦੇ ਵਿੱਚ ਹੀ ਸਿੱਖਾਂ ਦਾ ਜਿਹੜਾ ਪਲੜਾ ਹੈ ਉਹ ਭਾਰੀ ਰਿਹਾ ਸੀਗੇ ਪਰ ਉਹਨਾਂ ਦੋ ਵਿਅਕਤੀਆਂ ਨੇ ਕਾਰਨ ਕਰਕੇ ਗਦਾਰੀ ਦੇ ਕਾਰਨ ਕਰਕੇ ਦੋਨੇ ਐਂਗਲੋ ਸਿੱਖ ਯੁੱਧਾਂ ਦੇ ਵਿੱਚ ਸਿੱਖਾਂ ਦੀ ਹਾਰ ਹੁੰਦੀ ਹੈ ਤੇ ਪੰਜਾਬ ਦੇ ਉੱਪਰ ਬ੍ਰਿਟਿਸ਼ਾਂ ਦਾ ਜਿਹੜਾ ਉਹ ਅਧਿਕਾਰ ਹੋ ਜਾਂਦਾ ਹੈ ਪੰਜ ਨੰਬਰ ਕੁਐਸਚਨ ਹੈ ਨਿਰਸੰਦੇ ਮੈਨੂੰ ਇਹ ਵਿਸ਼ਵਾਸ ਹੈ ਕਿ ਮੇਰੀ ਕਾਰਵਾਈ ਸਮੇਂ ਸਮੇ ਅਨੁਸਾਰ ਨਿਆਪੂਰਨ ਤੇ ਜ਼ਰੂਰੀ ਸੀ ਇਹ ਸ਼ਬਦ ਕਿਸ ਨੇ ਕਹੇ ਲਾਰਡ ਹਿਊਗਫ ਨੇ ਲਾਰਡ ਲਹੋਜੀ ਨੇ ਲਾਰਡ ਵਿਲੀਅਮ ਬੈਡਕਿਕ ਨੇ ਤੇ ਲਾਰਡ ਕਰਜ਼ਰ ਨੇ ਇਹ ਸ਼ਬਦ ਕਹੇ ਗਿਆ ਲਾਰਡ ਲਹੋਜੀ ਦੇ ਸਮੇਂ ਦੇ ਉੱਪਰ ਜਿਸ ਸਮੇਂ ਪੰਜਾਬ ਨੂੰ ਬ੍ਰਿਟਿਸ਼ ਭਾਰ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਇਹ ਉਸ ਸਮੇਂ ਦੇ ਉੱਪਰ ਕਹੇ ਗਏ ਸ਼ਬਦ ਸੀਗੇ ਕਿਉਂਕਿ ਉਸ ਸਮੇਂ ਦੇ ਉੱਪਰ ਨੇ ਜਿਹੜਾ ਪਲੈਨਿੰਗ ਕਰਕੇ ਕਈ ਸਾਰਿਆਂ ਨੂੰ ਆਪਣੇ ਅੰਡਰ ਕਰਕੇ ਫਿਰ ਇਸ ਸਮਝੌਤੇ ਦਿੱਤਾ ਹੈ ਤਾਂ ਪੰਜਾਬ ਨੂੰ ਬ੍ਰਿਟਿਸ਼ ਭਾਰ ਦੇ ਵਿੱਚ ਸ਼ਾਮਲ ਕਰ ਲੈਂਦਾ ਸੀਗਾ ਤੇਨੇ ਮਤਲਬ ਜ਼ਰੂਰੀ ਕਿਹਾ ਸੀਗਾ ਕਿ ਨਿਆਪੋਰਨ ਐ ਜੋ ਕੁਝ ਵੀ ਉਸਨੇ ਕਾਰਵਾਈ ਕੀਤੀ ਹੈ ਕਿ ਬ੍ਰਿਟਿਸ਼ ਭਾਰ ਦੇ ਵਿੱਚ ਪੰਜਾਬ ਨੂੰ ਸ਼ਾਮਲ ਕੀਤਾ ਹੈ ਲਾਰਡ ਰੋਜੀ ਜਿਹੜਾ ਹੈ ਇਹ ਭਾਰਤ ਦਾ ਗਵਰਨਰ ਜਨਰਲ ਰਿਹਾ ਸਾਲ 1847 ਤੋਂ ਲੈ ਕੇ 1856 ਤੱਕ ਅਤੇ ਇਸ ਨੂੰ ਆਧੁਨਿਕ ਭਾਰਤ ਦਾ ਪਿਤਾਮਾ ਰੇਲਵੇ ਦਾ ਜਨਕ ਡਾਕ ਤਾਰ ਦਾ ਜਨਕ ਇਸ ਨੂੰ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਬਿਜਲੀ ਵਗੈਰਾ ਜਿਹੜੀ ਹੈ ਉਹ ਵੀ ਭਾਰਤ ਦੇ ਵਿੱਚ ਇਹੀ ਵਿਅਕਤੀ ਲੈ ਕੇ ਆਉਂਦਾ ਹੈ ਕਗਮ ਨੈਕਸਟ ਹੈ ਜੀ 6 ਨੰਬਰ ਪੰਜਾਬ ਨੂੰ ਅੰਗਰੇਜ਼ੀ ਰਾਜ ਦੇ ਵਿੱਚ ਮਲੌਨ ਸਮੇਂ ਭਾਰਤ ਦਾ ਗਵਰਨਰ ਸੀਗਾ ਲਾਰਡ ਹਿਊਗਫ ਲਾਰਡ ਲੋਜੀ ਲਾਰਡ ਵਿਲੀਅਮ ਬੈਟਕਿਟ ਜਾਂ ਲਾਰਡ ਕਰਜਨ ਸੋ ਇਹਦਾ ਕਰੈਕਟ ਆਨਸਰ ਵੀ ਲਾਰਡ ਲੋਜੀ ਹੀ ਹੈ ਸੋ ਕੁਐਸਚਨ 1 2 ਹੋਣਗੇ ਆਪਣੇ ਰਿਪੀਟ ਟਾਈਪ ਦੇ ਹੋਣਗੇ ਬਟ ਉਹਨਾਂ ਦੇ ਜਿਹੜੇ ਕੁਐਸਚਨ ਨੇ ਉਹ ਥੋੜੇ ਡਿਫਰੈਂਟ ਨੇਗੇ ਤਾਂ ਕਰਕੇ ਆਪਾਂ ਨੂੰ ਕੁਝ ਕਿਸ ਤਰ੍ਹਾਂ ਲੱਗੂਗਾ ਕਿ ਸ਼ਾਇਦ ਇਹ ਰਿਪੀਟ ਹੋ ਚੁੱਕੇ ਹੈ ਤਾਂ ਲਾਰਡ ਲੋਜੀ ਜਿਹੜਾ ਹੈ ਉਸ ਸੰਬੰਧ ਦੇ ਉੱਪਰ ਸੀਗਾ ਜੀ ਨੈਕਸਟ ਹੈ ਜੀ 7 ਨੰਬਰ ਨਾਮਤਾਰੀ ਲਹਿਰ ਦੀ ਨਹੀਂ ਕਿਸ ਨੇ ਰੱਖੀ ਬਾਬਾ ਬਾਲਕ ਸਿੰਘ ਨੇ ਗੁਰਬਚਨ ਸਿੰਘ ਨੇ ਸ਼ਿਵਦੇਵਾਲ ਸਿੰਘ ਨੇ ਗਿਆਨਦਾਸ ਨੇ ਨਾਮ ਧਾਰੀ ਲਹਿਰ ਦੀ ਨੀ ਰੱਖੀ ਗਈ ਸੀਗੀ ਬਾਬਾ ਬਾਲਕ ਸਿੰਘ ਦੇ ਦੁਆਰਾ ਨਾਮ ਧਾਰੀ ਲਹਿਰ ਵੀ ਪੰਜਾਬ ਜੀਕੇ ਦੇ ਵਿੱਚ ਮੋਸਟ ਇੰਪੋਰਟੈਂਟ ਕੁਐਸਚਨਾਂ ਦੇ ਵਿੱਚੋਂ ਇੱਕ ਕੁਐਸਚਨ ਹੈ ਕਿਉਂਕਿ ਇਹਦੇ ਤਹਿਤ ਵੀ ਕਾਫੀ ਸਰਗਾਂ ਜਿਹੜੀਆਂ ਲਹਿਰਾਂ ਨੇ ਤੇ ਬਹੁਤ ਸਾਰੇ ਜਿਹੜੇ ਵਿਚਾਰ ਆ ਉੱਪਰ ਚਲਿਤ ਹੁੰਦੇ ਆ ਨਾਮਤਾਰੀ ਲਹਿਰ ਜਿਹੜੀ ਹੈ ਇਹਦੀ ਸਥਾਪਨਾ April 1812 ਦੇ ਵਿੱਚ ਹੋਰ ਨਦੀ ਦੇ ਕੰਡੇ ਦੇ ਉੱਪਰ ਰੱਖੀ ਗਈ ਸੀਗੀ ਇਹਦਾ ਸੰਸਤਾਪਕ ਬਾਬਾ ਬਾਲਕ ਸਿੰਘ ਰਿਹਾ ਸੀਗਾ ਅਤੇ ਨਾਮਤਾਰੀ ਦਾ ਅਰਥ ਬੰਦਾ ਹੈ ਜੀ ਨਾਮ ਦੇ ਧਾਰਨੀ ਠੀਕ ਹੈ ਸੋ ਇਹਨਾਂ ਨੂੰ ਨਾਮ ਦੇ ਧਾਰਨੀ ਦੇ ਅਰਥਾਂ ਦੇ ਨਾਮ ਨਾਲ ਬਿਆਨ ਕੀਤਾ ਜਾਂਦਾ ਹੈ ਇਹਨਾਂ ਦੇ ਦੁਆਰਾ ਕੋਕਾ ਮਾਰ ਕੇ ਜਿਹੜਾ ਹੈ ਨਾਮ ਦਾ ਜਿਹੜਾ ਉਹ ਸਿਮਰਨ ਕੀਤਾ ਜਾਂਦਾ ਸੀਗਾ ਚਿਕਾ ਮਾਰ ਮਾਰ ਕੇ ਇਹਦੇ ਕਾਰਨ ਕਰਕੇ ਇਹਨੂੰ ਕਈ ਵਾਰ ਕੋਕਾ ਜਾਂ ਕੁੱਕਰਵਾਦ ਵੀ ਜਿਹੜਾ ਹੈ ਉਹ ਕਹਿ ਦਿੱਤਾ ਜਾਂਦਾ ਹੈ ਇਹ ਵੀ ਇੱਕ ਸਿੱਖਾਂ ਦੀ ਜਿਹੜੀ ਮੁੱਖ ਸੰਪਰਦਾਇ ਹੈਗੀ ਹੈਗੀ ਪਰ ਇਹ ਸਿੱਖਾਂ ਦੇ ਨਾਲੋਂ ਵੱਖਰਾ ਹੈ ਉਹ ਕਿਵੇਂ ਹੈ ਕਿਉਂਕਿ ਜਿਹੜੀ ਨਾਮ ਧਾਰੀ ਲਹਿਰ ਹੈ ਇਹ ਮੰਨਦੀ ਹੈ ਕਿ ਸਿੱਖ ਗੁਰੂਆਂ ਦੀ ਵੰਸ਼ ਜਿਹੜੀ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਖਤਮ ਨਹੀਂ ਹੋਈ ਇਹ ਸਗੋਂ ਅੱਗੇ ਚੱਲ ਰਹੀ ਹੈ ਸੋ ਇਸੇ ਕਾਰਨ ਕਰਕੇ ਬਾਬਾ ਬਾਲਕ ਸਿੰਘ ਜਿਹੜੇ 1797 ਤੋਂ ਲੈ ਕੇ 1862 ਤੱਕ ਰਹਿੰਦੇ ਉਹਨਾਂ ਨੂੰ ਸਿੱਖ ਧਰਮ ਦੇ ਵਿੱਚ 11ਵੇਂ ਗੁਰੂ ਦੇ ਵਜੋਂ ਜਿਹੜੀ ਹੈ ਉਹ ਮਾਨਤਾ ਦਿੱਤੀ ਜਾਂਦੀ ਹੈ ਕਿ ਹੈਗੀ ਸੋ ਇਹਨਾਂ ਦਾ ਵਿਸ਼ਵਾਸ ਇਹ ਹੈ ਕਿ ਇਹਨਾਂ ਦਾ ਵੰਸ਼ ਜਿਹੜਾ ਸਿੱਖ ਧਰਮ ਦਾ ਉਹ ਅੱਗੇ ਚੱਲਦਾ ਰਹੇਗਾ ਖਤਮ ਨਹੀਂ ਹੋਇਆ ਇਹ ਇਹਦਾਰ ਦੇ ਉੱਪਰ ਹੈ ਨਾਮਤਰੀ ਲਹਿਰ ਇਹਨਾਂ ਦਾ ਹੈੱਡਕੁਆਰਟਰ ਪੈਣੀ ਸਾਹਿਬ ਦੇ ਵਿੱਚ ਅਤੇ ਪੈਣੀ ਸਾਹਿਬ ਜਿਹੜਾ ਹੈ ਇਹ ਲੁਧਿਆਣੇ ਦੇ ਵਿੱਚ ਪੈ ਜਾਂਦਾ ਹੈ ਵਰਤਮਾਨ ਸਮੇਂ 'ਤੇ ਗੁਰੂ ਦੀ ਗੱਲ ਕਰੀਏ ਤਾਂ ਉਦੇ ਸਿੰਘ ਜਿਹੜਾ ਹੈ ਨਾਮਤਰੀ ਲਹਿਰ ਦਾ ਗੁਰੂ ਹੈ ਵਰਤਮਾਨ ਸਮੇਂ ਦੇ ਉੱਪਰ ਨੈਕਸਟ ਹੈ 8 ਨਿਰੰਕਾਰੀ ਅੰਦੋਲਨ ਦਾ ਸੰਸਥਾਪਕ ਕੌਣ ਹੈ ਬਾਬਾ ਦਿਆਲ ਸਿੰਘ ਗੁਰਬਚਨ ਸਿੰਘ ਸ਼ਿਵਦਿਆਲ ਸਾਹਿਬ ਜਾਂ ਗਿਆਨ ਦਾਸ ਨਿਰੰਕਾਰੀ ਅੰਦੋਲਨ ਦਾ ਸੰਸਥਾਪਕ ਹੈ ਜੀ ਬਾਬਾ ਦਿਆਲ ਸਿੰਘ ਜਿਨ੍ਹਾਂ ਨੇ ਕਿ ਨਿਰੰਕਾਰੀ ਅੰਦੋਲਨ ਦੀ ਸ਼ੁਰੂਆਤ ਕੀਤੀ ਸੀਗੀ ਨਿਰੰਕਾਰੀਆਂ ਤੋਂ ਲਨ ਜਿਹੜਾ ਹੈ ਇਹ ਸਾਲ 1851 ਦੇ ਵਿੱਚ ਪੰਜਾਬ ਦੇ ਉੱਤਰ ਪੱਛਮੀ ਖੇਤਰ ਦੇ ਵਿੱਚ ਸ਼ੁਰੂ ਕੀਤਾ ਗਿਆ ਸੀਗਾ ਜੋ ਕਿ ਬਾਬਾ ਦਿਆਲ ਦਾਸ ਦੇ ਦੁਬਾਰਾ ਸ਼ੁਰੂ ਕੀਤਾ ਗਿਆ ਸੀਗਾ ਜਾਨੀ ਕਿ ਦੇ ਸੰਸਥਾਪਕ ਬਾਬਾ ਦਿਆਲ ਸਿੰਘ ਹੈਗੇ ਅਗੇ ਤੇ ਇਹਨਾਂ ਨੇ ਨਿਰੰਕਾਰੀ ਅੰਦੋਲਨ ਦੇ ਤਰੂਪ ਇਸ ਚੀਜ਼ ਦੇ ਵਿੱਚ ਵਿਸ਼ਵਾਸ ਦਵਾਇਆ ਕਿ ਜਿਹੜੇ ਪ੍ਰਵਾਸਾ ਜਾਂ ਜਿਹੜੇ ਰੀਤੀ ਰਿਵਾਜ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂ ਕੀਤੇ ਸੀਗੇ ਉਹਨਾਂ ਦੇ ਜਿਹੜੇ ਵਿਚਾਰ ਸੀ ਉਹਨਾਂ ਨੂੰ ਹੀ ਫੋਲੋ ਕਰਕੇ ਉਸੇ ਤਰੀਕੇ ਦੀਆਂ ਰੀਤਾਂ ਤੇ ਵਿਸ਼ਵਾਸਾਂ ਨੂੰ ਜਿਹੜਾ ਹੈ ਦੁਬਾਰਾ ਲੈ ਕੇ ਆਉਣਾ ਹੈ ਕਿਉਂਕਿ ਇਹਨਾਂ ਦੇ ਅਨੁਸਾਰ ਨਿਰੰਕਾਰ ਦਾ ਮਤਲਬ ਸੀਗਾ ਨਿਰੰਕਾਰ ਮਤਲਬ ਕਿ ਪ੍ਰਮਾਤਮਾ ਦਾ ਕੋਈ ਵੀ ਮੂਰਤ ਜਾਂ ਕੋਈ ਵੀ ਆਕਾਰ ਨਹੀਂ ਹੈ ਇਸ ਕਰਕੇ ਇਹ ਮੂਰਤ ਤੇ ਜਿਹੜਾ ਹੈ ਸਖਤ ਵਿਰੋਧੀ ਸੀਗੇ ਨਿਰੰਕਾਰੀ ਮਤਲਬ ਕਿ ਪ੍ਰਮਾਤਮਾ ਦਾ ਕਹਿੰਦੇ ਕੋਈ ਆਕਾਰ ਨਹੀਂ ਕਿਉਂਕਿ ਅਨਕ ਸਹਿਬ ਜੀ ਵੀ ਇਹੀ ਕਹਿੰਦੇ ਸੀਗੇ ਤਾਂ ਉਹਨਾਂ ਨੂੰ ਫੋਲੋ ਕਰਦੇ ਹੋਏ ਇਹਨਾਂ ਨੇ ਜਿਹੜਾ ਹੈ ਇਸ ਚੀਜ਼ ਦੇ ਆਧਾਰ ਦੇ ਉੱਪਰ ਨਿਰੰਕਾਰੀ ਅੰਦੋਲਨ ਚਲਾਇਆ ਸੀ ਬਾਬਾ ਦਿਵਾਲ ਸਿੰਘ ਨੇ 1851 ਦੇ ਵਿੱਚ ਪੰਜਾਬ ਦੇ ਉੱਤਰ ਪੱਛਮੀ ਖੇਤਰ ਦੇ ਵਿੱਚ ਇਹਨਾਂ ਦਾ ਨਵਾਂ ਜਿਹੜਾ ਦਰਬਾਰ ਸੀਗਾ ਚੰਡੀਗੜ੍ਹ ਦੇ ਵਿੱਚ ਬਣਾਇਆ ਗਿਆ ਸੀ ਸਾਲ 1958 ਦੇ ਵਿੱਚ ਇਸ ਨੂੰ ਸਟੈਬਲਿਸ਼ ਕੀਤਾ ਗਿਆ ਸੀ ਜੋ ਕਿ ਇਹਨਾਂ ਦਾ ਦਰਬਾਰ ਹੈ ਨਿਰੰਕਾਰੀ ਅੰਦੋਲਨ ਦਾ ਨੌ ਨੰਬਰ ਹੈ ਜੀ ਕੌਂਸਲ ਆਫ ਰੀਜੈਂਸੀ ਦੇ ਵਿੱਚ ਕਿੰਨੇ ਮੈਂਬਰ ਸੀਗੇ ਜੀ 8 ਸੀਗੇ 5 ਸੀਗੇ 6 ਸੀਗੇ ਜਾਂ 7 ਸੀਗੇ ਕੌਂਸਲ ਆਫ ਰੀਜੈਂਸੀਸ ਦੇ ਵਿੱਚ ਜਿਹੜੇ ਮੈਂਬਰ ਰਹੇ ਹੈਗੇ ਆ ਉਹ 6 ਮੈਂਬਰ ਹੁੰਦੇ ਸੀਗੇ ਜਿਹਦਾ ਮੁੱਖ ਕੰਮ ਸੀ ਕਾਨੂੰਨ ਬਣਾਉਣਾ ਪ੍ਰਮੁੱਖ ਸਲਾਹਕਾਰ ਦੇ ਰੂਪ ਦੇ ਵਿੱਚ ਜਿਹੜੀ ਬ੍ਰਿਟਿਸ਼ਾਂ ਦੀ ਹੈਲਪ ਕਰਨੀ ਸੀਗੀ 10 ਨੰਬਰ ਹੈ ਜੀ ਪੰਜਾਬ ਸ਼ਹਿਰ ਸਪੱਟਾ ਦੀ ਨੀਤੀ ਕਦੋਂ ਬਣੀ 2017 ਚ 2018 ਚ 2021 ਚ ਜਾਂ 2015 ਦੇ ਵਿੱਚ ਪੰਜਾਬ ਸੈਰਸਪਟਾ ਦੀ ਨੀਤੀ ਸਾਲ 2018 ਦੇ ਵਿੱਚ ਬਣਾਈ ਗਈ ਸੀਗੀ ਅਤੇ ਲਾਗੂ ਜਿਹੜੀ ਹੈ ਸਾਲ 2019 ਦੇ ਵਿੱਚ ਹੁੰਦੀ ਹੈ ਦੋਨੇ ਪੁਆਇੰਟ ਇਸ ਦੇ ਨਾਲ ਰਿਲੇਟਡ ਹੈਗੇ ਜੀ ਸਾਲ 2019 ਦੇ ਵਿੱਚ ਲਾਗੂ ਹੁੰਦੀ ਹੈ 18 ਦੇ ਵਿੱਚ ਇਸ ਨੂੰ ਬਣਾਇਆ ਜਾਂਦਾ ਹੈ ਪੰਜਾਬ ਦੇ ਵਿੱਚ ਸੈਰਸਪਟਾ ਨੂੰ ਲੈ ਕੇ ਜਿਹੜਾ ਟੂਰਿਜ਼ਮ ਨੂੰ ਲੈ ਕੇ ਇਸ ਪਾਲਿਸੀ ਨੂੰ ਬਣਾਇਆ ਗਿਆ ਸੀਗਾ ਤਾਂ ਕਿ ਜਿਹੜਾ ਟੂਰਿਜ਼ਮ ਨੂੰ ਵੱਧ ਤੋਂ ਵੱਧ ਆਕਰਸ਼ਿਤ ਕੀਤਾ ਜਾ ਸਕੇ ਨਵੇਂ ਨਵੇਂ ਜਿਹੜੀਆਂ ਪਲੈਨਿੰਗਸ ਨੇਗੀਆਂ ਉਹ ਕੀਤੀਆਂ ਜਾ ਸਕਣ ਪੰਜਾਬ ਦੇ ਵਿੱਚ ਕਿਉਂਕਿ ਜਿਵੇਂ ਜਿਵੇਂ ਇਹ ਟੂਰਿਸਟ ਆਪਣੇ ਪੰਜਾਬ ਦੇ ਵਿੱਚ ਆਉਣਗੇ ਤਾਂ ਸੁਭਾਵਿਕ ਜੀ ਗੱਲ ਹੈ ਕਿ ਇਕਨੋਮੀ ਦੇ ਵਿੱਚ ਜਿਹੜਾ ਹੈ ਸ ਵਿਸਤਾਰ ਦੇਖਣ ਨੂੰ ਮਿਲੇਗਾ ਨੈਕਸਟ ਹੈ 11 ਨੰਬਰ 1857 ਸਵੀ ਦੇ ਵਿਦਰੋਹ ਦੇ ਵਿੱਚ ਪੰਜਾਬ ਦੇ ਕਿਹੜੇ ਵਰਗ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ ਸਿੱਖ ਸੈਨਿਕਾਂ ਨੇ ਸਿੱਖ ਸਰਦਾਰਾਂ ਨੇ ਰਿਆਸਤ ਦੇ ਰਾਜਿਆਂ ਨੇ ਜਾਂ ਉਪਰੋਕਤ ਸਾਰਿਆਂ ਨੇ 1857 ਦੇ ਵਿਦਰੋਹ ਦੇ ਵਿੱਚ ਸਾਰੇ ਹੀ ਲਗਭਗ ਭਾਰਤੀ ਲੋਕਾਂ ਨੇ ਪਾਰਟਿਸਪੇਟ ਕੀਤਾ ਸੀਗਾ ਜਿਸ ਦੇ ਵਿੱਚ ਕੁਝ ਲੋਕਾਂ ਨੇ ਭਾਰਤ ਦੇ ਵੱਲੋਂ ਸਪੋਰਟ ਕੀਤਾ ਤੇ ਕੁਝ ਲੋਕਾਂ ਨੇ ਬ੍ਰਿਟਿਸ਼ ਜਾਨੀ ਕਿ ਅੰਗਰੇਜ਼ਾਂ ਦਾ ਸਾਥ ਦਿੱਤਾ 1857 ਦਾ ਵਿਦਰੋਹ ਬੈਰਕਪੁਰ ਸੋਨੀ ਤੋਂ ਸ਼ੁਰੂ ਹੁੰਦਾ ਹੈ ਕਗਾ ਜਿੱਥੇ ਮੰਗਲਪੰਡੇ ਨਾਮੀ ਵਿਅਕਤੀ ਜਿਹੜਾ ਹੈ ਚਰਬੀ ਵਾਲੇ ਜਿਹੜੇ ਕਾਰਤੂਸੀ ਉਹਨਾਂ ਨੂੰ ਚਲਾਉਣ ਤੋਂ ਮਨਾ ਕਰ ਦਿੰਦਾ ਜਿਹਦੇ ਕਾਰਨ ਕਰਕੇ ਵਿਦਰੋਹ ਸ਼ੁਰੂ ਹੁੰਦਾ ਹੈ ਕਗਾ ਫਿਰ ਇਹ ਦਿੱਲੀ ਜਾਂਦਾ ਹੈ ਤੇ ਦਿੱਲੀ ਤੋਂ ਮੇਰਟ ਜਾਂਦਾ ਸੌਰੀ ਮੇਰਟ ਤੋਂ ਇਹ ਸ਼ੁਰੂ ਹੋ ਜਾਂਦਾ ਹੈ ਕਗਾ ਤਾਂ ਇਹਦੇ ਵਿੱਚ ਰਿਆਸਤਾਂ ਦੇ ਜਿਹੜੇ ਰਾਜੇ ਸੀਗੇ ਉਹਨਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀਗਾ ਬਾਕੀ ਸਾਰੇ ਜਿਹੜੇ ਸੀਗੇ ਉਹ ਤਕਰੀਬਨ ਅੰਗਰੇਜ਼ਾਂ ਦੇ ਵਿਰੁੱਧ ਹੀ ਸੀਗੇ 1857 ਦਾ ਵਿਦਰੋਹ 10 ਮਈ ਤੋਂ ਚੱਲਦਾ ਹੈ ਜੀ ਮੇਰਠ ਤੋਂ ਅਤੇ 1 ਨਵੰਬਰ 1919 1 ਨਵੰਬਰ 1858 ਤੱਕ ਜਿਹੜਾ ਚੱਲਦਾ ਹੈ ਕਗਾ ਓਕੇ ਇਸ ਯੁੱਧ ਦੇ ਵਿੱਚ ਤਿੰਨ ਸ਼ਹੀਦ ਰਹਿੰਦੇ ਹੈ ਸਭ ਤੋਂ ਪਹਿਲਾਂ ਮੰਗਲ ਪਾਂਡੇ ਰਹਿੰਦਾ ਹੈ ਕਗਾ ਜੋ ਕਿ ਸਭ ਤੋਂ ਪਹਿਲਾ ਸ਼ਹੀਦ ਹੈ ਇਸ ਤੋਂ ਬਾਅਦ ਰਾਣੀ ਲక్ష్ਮੀਬਾਈ ਜਿਹੜੀ ਹੈ ਉਹ ਇਸ ਦੇ ਵਿੱਚ ਸ਼ਹੀਦ ਹੁੰਦੀ ਹੈ ਦੂਸਰੀ ਲੇਡੀ ਦੂਸਰਾ ਸ਼ਹੀਦ ਕਹਿ ਸਕਦੇ ਆ ਇਸ ਤਰ੍ਹਾਂ ਦੇ ਵਿੱਚੋਂ ਪਹਿਲੇ ਆ ਜਾਂਦੀ ਹੈ ਤੀਸਰਾ ਇਸ ਦੇ ਵਿੱਚ ਤਾਤੀਆ ਟੋਪਿਆ ਜਾਂਦਾ ਹੈ ਜੀ ਸਾਤਿਆ ਟੋਪੇ ਜੋ ਕਿ 1857 ਦੇ ਵਿਦਰੋਹਾ ਆਖਰੀ ਸ਼ਹੀਦ ਅਤੇ ਤੀਜਾ ਸ਼ਹੀਦ ਰੰਦਾ ਹੈ ਕਗਾ ਇਸ ਦੇ ਵਿੱਚ ਬ੍ਰਿਟਿਸ਼ਾਂ ਦੇ ਵੱਲੋਂ ਈਸਟ ਇੰਡੀਆ ਕੰਪਨੀ ਸੀ ਰਾਜਪੂਤਾਨਾ ਨੇ ਏਜੰਸੀਆਂ ਸੀਗੀਆਂ ਇਸ ਤੋਂ ਇਲਾਵਾ ਪੰਜਾਬ ਦੀ ਪਟਿਆਲਾ ਰਿਆਸਤ ਕਪੂਰਥਲਾ ਰਿਆਸਤ 20 ਦੇ ਵਿੱਚ ਸ਼ਾਮਲ ਸੀ ਰਾਮਪੁਰ ਰਿਆਸਤ ਯੋਧਪੁਰ ਰਿਆਸਤ ਨਾਬਾ ਪੰਜਾਬ ਦੀ ਨੇਪਾਲ ਦਾ ਰਾਜਾ ਇਹ ਬ੍ਰਿਟਿਸ਼ ਈਸਟ ਇੰਡੀਆ ਦੇ ਵੱਲੋਂ ਲੜ ਰਹੇ ਸੀਗੇ ਉਧਰ ਭਾਰ ਦੇ ਵੱਲੋਂ ਰਾਣੀ ਲక్ష్ਮੀਬਾਈ ਨਾਨਾ ਸਾਹਿਬ ਪੇਸ਼ਵਾ ਦੂਜਾ ਤੇ ਮੁਗਲ ਸਮਰਾਜ ਦੇ ਜਿਹੜੇ ਸ਼ਾਸਕ ਸੀਗੇ ਬਾਦਸ਼ਾਹ ਸੀਗੇ ਉਹ ਵੀ ਇਸ ਵਿਦਰੋਹ ਦੇ ਵਿੱਚ ਸ਼ਾਮਲ ਸੀਗੇ ਉਸ ਸਮੇਂ ਦੇ ਉੱਪਰ ਮੁਗਲ ਬਾਦਸ਼ਾਹ ਬਹਾਦਰ ਸ਼ਾ ਜਫਰ ਸੀ ਜਿਹਨੂੰ ਬਹਾਦਰ ਸ਼ਾ ਦੂਜਾ ਵੀ ਕਹਿ ਦਿੱਤਾ ਜਾਂਦਾ ਹੈਗਾ ਬਹਾਦਰ ਸ਼ਾ ਦੂਜਾ ਸੋ ਇਸ ਨੇ ਇਸ ਵਿਦਰੋਹ ਦੇ ਵਿੱਚ ਪਾਰਟਿਸਪੇਟ ਕੀਤਾ ਸੀ ਹਾਰ ਤੋ ਬਾਅਦ ਜਿਹੜਾ ਇਸ ਨੂੰ ਰਗੂਨ ਦੇ ਵਿੱਚ ਭੇਜ ਦਿੱਤਾ ਸੀਗਾ ਤੇ ਇਸੇ ਕਾਰਨ ਕਰਕੇ ਇਹ ਮੁਗਲਾਂ ਦਾ ਆਖਰੀ ਬਾਦਸ਼ਾਹ ਜਿਹੜਾ ਹੋ ਰਿਹਾ ਜਾਂਦਾ ਹੈਗਾਗਾ 1857 ਦੇ ਵਿਦਰੋਹ ਦੇ ਸਮੇਂ ਦੇ ਉੱਪਰ ਭਾਰਤ ਦਾ ਜਿਹੜਾ ਗਵਰਨਰ ਜਨਰਲ ਸੀ ਉਹ ਲਾਰਡ ਕੈਨਿੰਗ ਸੀਗਾ ਅਤੇ 1857 ਦੇ ਵਿਦਰੋਹ ਦੇ ਸਮੇਂ ਬ੍ਰਿਟੇਨ ਦੀ ਰਾਣੀ ਸੀ ਜਿਹੜੀ ਉਹ ਮਹਾਰਾਣੀ ਵਿਕਟੋਰੀਆ ਸੀਗੀ ਨੈਕਸਟ ਹੈ ਜੀ ਅਗਲਾ ਬਾਰ ਨੰਬਰ ਰਾਜਪੁਰਾ ਤਾਪਕਾਰ ਪ੍ਰਜੈਕਟ ਦਾ ਉਤਪਾਦਨ ਸਮਰੱਥਾ ਕਿੰਨੀ ਹੈ 2260 ਮੈਗਾਵਾਟ 5685 ਮੈਗਾਵਾਟ 1400 ਮੈਗਾਵਾਟ ਜਾਂ 2015 ਮੈਗਾਵਾਟ ਰਾਜਪੁਰਾ ਤਾਪਕਾਰ ਜਿਹੜਾ ਹੈ ਇਸ ਦੀ ਜਿਹੜੀ ਸਮਰੱਥਾ ਹੈਗੀ ਆ ਉਹ 1400 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਹੈਗੀ ਹੈ ਪਟਿਆਲਾ ਦੇ ਵਿੱਚ ਇਹ ਖੇਤਰ ਪੈ ਜਾਂਦਾ ਹੈ ਕਾਗਾ ਰਾਜਪੁਰਾ ਥਰਮਲ ਪਾਵਰ ਪਲਾਂਟ ਕਿੱਥੇ ਹੈ ਪਟਿਆਲਾ ਫਿਰੋਜ਼ਪੁਰ ਅੰਬਾਲਾ ਜਾਂ ਲੁਧਿਆਣਾ ਸੋ ਇਹਨਾਂ ਦੇ ਪਿਛਲੇ ਕੁਝ ਹੋਰ ਕੁਐਸਚਨ ਹੋ ਆ ਪਿਛਲੇ ਸੈਸ਼ਨਾਂ ਚ ਡਿਸਕਸ ਕੀਤੇ ਹੋਏ ਆ ਉਮੀਦ ਕਰਦਾ ਕਿ ਤੁਸੀਂ ਪੂਰੀ ਡਿਟੇਲ ਚੋ ਦੇਖ ਲਈ ਹੋਣੀ ਆ ਤਾਂ ਰਾਜਪੁਰਾ ਪਟਿਆਲਾ ਦੇ ਵਿੱਚ ਸਥਿਤ ਹੈਗਾਗਾ ਲਗਭਗ ਕਾਫੀ ਜ਼ਿਆਦਾ ਖੇਤਰਾਂ ਦੇ ਵਿੱਚ ਜਿਹੜੀ ਬਿਜਲੀ ਜਾਂਦੀ ਹੈ ਉਹ ਇਸੇ ਥਰਮਲ ਪਾਵਰ ਪਲਾਂਟ ਤੋਂ ਜਾਂਦੀ ਹੈ ਕਿ ਆ ਕੀ 14 ਨੰਬਰ ਜੀ ਗੁਰੂ ਨਾਨਕ ਥਰਮਲ ਪਾਵਰ ਪਲਾਂਟ ਦੀ ਸਮਰੱਥਾ ਕਿੰਨੀ ਹੈ ਜੀ 200 ਮੈਗਾਵਾਟ 560 ਮੈਗਾਵਾਟ 190 ਮੈਗਾਵਾਟ ਜ 460 ਮੈਗਾਵਾਟ ਗੁਰੂ ਨਾਨਕ ਦੇਵ ਥਰਮਲ ਪਾਵਰ ਪਲਾਂਟ ਬਠਿੰਡੇ ਦੇ ਵਿੱਚ ਸਥਿਤ ਹੈ ਜਿਸ ਦੀ ਕੰਪੈਸਟੀ ਜਿਹੜੀ ਹੈ ਉਹ 460 ਮੈਗਾਵਾਟ ਹੈ ਚਾਰ ਇੱਥੇ ਜਿਹੜੇ ਕਾ ਸਕਦੇ ਹਾਂ ਲੱਗੇ ਹੋਏ ਟਵਰ ਜਿੱਥੋਂ ਬਿਜਲੀ ਪੈਦਾ ਕੀਤੀ ਜਾਂਦੀ ਹੈਗੀ ਹੈਗੀ ਔਰ 460 ਦੀ ਕਰੀਬ ਇਹ ਮੈਗਾਵਾਟ ਬਿਜਲੀ ਪੈਦਾ ਕਰਦੀ ਹੈ ਕਿਹਾ 15 ਨੰਬਰ ਗੁਰੂ ਨਾਨਕ ਥਰਮਲ ਪਾਵਰ ਪਲਾਂਟ ਬੰਦ ਕਰਨ ਸਮੇਂ ਕਿਸ ਪਾਰਟੀ ਦੀ ਸਰਕਾਰ ਸੀ ਆਮ ਆਦਮੀ ਪਾਰਟੀ ਦੀ ਕਾਂਗਰਸ ਪਾਰਟੀ ਦੀ ਸ਼੍ਰੋਮਣੀ ਕਾਲਦਲ ਦੀ ਜਾਂ ਭਾਜਪਾ ਦੀ ਜਦ ਜਿਸ ਸਮੇਂ ਗੁਰੂ ਨਾਨਕ ਦੇਵ ਥਰਮਲ ਪਾਵਰ ਪਲਾਂਟ ਬੰਦ ਕੀਤਾ ਗਿਆ ਉਸ ਸਮੇਂ ਦੇ ਉੱਪਰ ਕਾਂਗਰਸ ਦੀ ਸਰਕਾਰ ਸੀਗੀ ਅਤੇ ਇਸ ਨੂੰ ਬੰਦ ਕਰਨ ਵਾਲਾ ਵਿਅਕਤੀ ਸੀਗਾ ਜੀ ਕਾਂਗਰਸ ਦਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸੋ ਉਸ ਨੇ ਇਸ ਨੂੰ ਬੰਦ ਕਰ ਦਿੱਤਾ ਸੀਗਾ ਸਾਲ 2017 ਦੇ ਵਿੱਚ ਉਸ ਤੋਂ ਬਾਅਦ ਇਹ ਜਿਹੜੀਆਂ ਬੰਦ ਆ ਬਈ ਜੋ ਕਿ ਬਠਿੰਡੇ ਦੀ ਸ਼ਾਨ ਸੀਗਾ ਉਸ ਸਮੇਂ ਦੇ ਉੱਪਰ ਨੈਕਸਟ ਹੈ ਜੀ 16 ਨੰਬਰ ਬਾਬਾ ਰਾਮ ਸਿੰਘ ਨੇ ਕੋਕਾ ਲਹਿਰ ਦੀ ਸਥਾਪਨਾ ਕਿੱਥੇ ਕੀਤੀ ਭੈਣੀ ਸਾਹਿਬ ਵਿਖੇ ਸੰਗਰਾਣਾ ਸਾਹਿਬ ਵਿਖੇ ਹਰਾਲੀ ਵਿਖੇ ਜਾਂ ਕਮਾਲਪੁਰਾ ਵਿਖੇ ਜੋ ਕਿ ਸੰਗਰੂਰ ਦੇ ਵਿੱਚ ਆ ਬਾਬਾ ਰਾਮ ਸਿੰਘ ਨੇ ਕੂਕਾ ਲਹਿਰ ਦੀ ਸਥਾਪਨਾ ਕੀਤੀ ਤੇ ਕੂਕਾ ਲਹਿਰ ਦੀ ਸਥਾਪਨਾ ਇਹਨਾਂ ਨੇ ਪੈਣੀ ਸਾਹਿਬ ਦੇ ਵਿੱਚ ਕੀਤੀ ਜੋ ਕਿ ਲੁਧਿਆਣੇ ਦੇ ਵਿੱਚ ਪੈਂਦਾ ਹੈ ਉੱਥੋਂ ਹੀ ਬਾਬਾ ਰਾਮ ਸਿੰਘ ਸੀਗੇ ओके ਤਾਂ ਬਾਬਾ ਰਾਮ ਸਿੰਘ ਜਿਹੜੇ ਸੀ ਇਹਨਾਂ ਦਾ ਜਨਮ 3 ਫਰਵਰੀ 1816 ਨੂੰ ਹੋਇਆ ਸੀਗਾ ਰਾਇਆਂ ਪੈਂਡੂ ਨੂੰ ਭੈਣੀ ਸਾਹਿਬ ਵੀ ਕਹਿੰਦੇ ਆ ਪੰਜਾਬ ਦੇ ਲੁਧਿਆਣਾ ਖੇਤਰ ਦੇ ਵਿੱਚ ਹੀ ਪੈ ਜਾਂਦਾ ਹੈ ਬਾਬਾ ਰਾਮ ਸਿੰਘ ਜੀ ਦੀ ਮਾਤਾ ਦਾ ਨਾਮ ਸਦਾ ਕੌਰ ਸੀਗਾ ਤੇ ਪਿਤਾ ਦਾ ਨਾਮ ਜੱਸਾ ਸਿੰਘ ਸੀਗਾ ਅਤੇ ਇਹ ਨਾਮਧਾਰੀ ਸੰਪਰਦਾ ਦੇ ਨਾਲ ਸੰਬੰਧਿਤ ਸੀਗੇ ਇਨਾਂ ਨੂੰ ਰਾਜਨੀਤਿਕ ਸਾਧਨਾਂ ਦੇ ਬਜੋਂ ਬ੍ਰਿਟਿਸ਼ ਵਸਤੂਆਂ ਤੇ ਸੇਵਾਵਾਂ ਦੇ ਆਸਹਿਯੋਗ ਤੇ ਬਾਈਕਾਟ ਦੀ ਵਰਤੋਂ ਕਰਨ ਵਾਲਾ ਪਹਿਲਾ ਬ੍ਰਿਟਿਸ਼ ਭਾਰਤੀ ਹੋਣ ਦਾ ਸਿਹਰਾ ਮਿਲਦਾ ਹੈ ਜੀ ਬਾਬਾ ਰਾਮ ਸਿੰਘ ਨੂੰ ਜਾਨੀ ਕਿ ਇਹਨਾਂ ਨੇ ਬਾਈਕਾਟ ਕੀਤਾ ਸੀਗਾ ਤੇ ਆਸਹਿਯੋਗ ਅੰਦੋਲਨ ਜਿਹੜਾ ਹੈ ਉਹਦਾ ਸਮਰਥਨ ਕੀਤਾ ਸੀ ਇਹਨਾਂ ਦੇ ਦੁਆਰਾ ਪਹਿਲਾ ਵਿਅਕਤੀ ਵਜ੍ਹਾ ਜਾਂਦਾ ਹੈ ਠੀਕ ਹੈ ਇਸੇ ਲਾਪਰ ਭਾਰਤੀ ਬ੍ਰਿਟਿਸ਼ ਵਸਤੀਵਾਦੀ ਸਰਕਾਰ ਦੁਆਰਾ ਰੰਗੂਨ ਦੇ ਵਿੱਚ ਜੋ ਕਿ ਬ੍ਰਹਮਾ ਦੇ ਵਿੱਚ ਪੈਂਦਾ ਉਸ ਸਮੇਂ ਇਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀਗਾ 18 ਜਨਵਰੀ 1872 ਨੂੰ म्यानमार ਦੇ ਵਿੱਚ ਅਤੇ ਇਹਨਾਂ ਦਾ ਦੇਹਾਂਤ ਜਿਹੜਾ ਹੈ ਉਹ 29 ਨਵੰਬਰ 1885 ਨੂੰ ਹੋ ਜਾਂਦਾ ਹੈਗਾਗਾ ਮੇਰਗੋਈ ਵਿਖੇ ਜੋ ਕਿ ਬ੍ਰਹਮੰਡ ਦੇ ਵਿੱਚ ਹੈ ਵਰਤਮਾਨ ਸਮੇਂ ਇਸ ਨੂੰ ਮਾਇਕ ਜਾਂ ਮੇਰਮਾਰ ਕਹ ਦਿੱਤਾ ਜਾਂਦਾ ਹੈ ਨੈਕਸਟ ਹੈ ਜੀ 17 ਨੰਬਰ ਕਿਹੜੀ ਲਹਿਰ ਨੂੰ ਕੋਕਾ ਲਹਿਰ ਕਹਿੰਦਿਆਂ ਰਾਦਾ ਸਵਾਮੀ ਲਹਿਰ ਨੂੰ ਨਾਮਤਾਰੀ ਲਹਿਰ ਨੂੰ ਨਿਰੰਕਾਰੀ ਲਹਿਰ ਨੂੰ ਸਿੰਘ ਸਵਾਲ ਲਹਿਰ ਨੂੰ ਤਾਂ ਇਹਨਾਂ ਦੇ ਵਿੱਚੋਂ ਨਾਮਤਾਰੀ ਲਹਿਰ ਹੈ ਜਿਹੜੀ ਉਸ ਨੂੰ ਕੋਕਾ ਲਹਿਰ ਵੀ ਕਹਿੰਦੇ ਕਿਉਂਕਿ ਨਾਮ ਜਪਨ ਦੇ ਲਈ ਇਹ ਕੋਕਾ ਮਾਰ ਕੇ ਉੱਚੀ ਉੱਚੀ ਜਿਹੜਾ ਹੈ ਨਾਮ ਸਿਮਰਨ ਕਰਦੇ ਹੁੰਦੇ ਸੀਗੇ 18 ਨੰਬਰ ਹੈ ਜੀ ਕੁਕਲ ਲਹਿਰ ਦਾ ਜਨਮ ਕਿਹੜੀ ਸਦੀ ਦੇ ਵਿੱਚ ਹੋਇਆ 16ਵੀਂ ਸਦੀ 'ਚ ਹੋਇਆ 17ਵੀਂ ਸਦੀ 'ਚ ਹੋਇਆ 19ਵੀਂ ਸਦੀ 'ਚ ਹੋਇਆ ਜਾਂ 20ਵੀਂ ਸਦੀ 'ਚ ਹੋਇਆ ਕੁਕਲ ਲਹਿਰ ਜਿਹੜੀ ਨਾਮ ਤੜੀ ਲਹਿਰ ਦੇ ਨਾਮ ਨਾਲ ਵੀ ਮਸ਼ਹੂਰ ਹੈ ਸੋ ਇਹਨੂੰ 19ਵੀਂ ਸਦੀ ਦੇ ਵਿੱਚ ਸਟੈਬਲਿਸ਼ ਕੀਤਾ ਗਿਆ ਸੀਗਾ ਕੁਕਲ ਲਹਿਰ ਨੂੰ 19 ਨੰਬਰ ਜੀ ਖਾਲਸਾ ਟਰੈਕਟ ਸੁਸਾਇਟੀ ਦੀ ਸਥਾਪਨਾ ਕਦੋਂ ਹੋਈ 1908 ਦੇ ਵਿੱਚ 1857 ਦੇ ਵਿੱਚ 1894 ਦੇ ਵਿੱਚ ਜਾਂ 1902 ਦੇ ਵਿੱਚ ਖਾਲਸਾ ਟ੍ਰੈਕਟ ਸੁਸਾਇਟੀ ਦੀ ਸਥਾਪਨਾ ਸਾਲ 1894 ਦੇ ਵਿੱਚ ਕੀਤੀ ਗਈ ਸੀਗੀ ਸੋ ਇਹ ਵੀ ਇੱਕ ਇੰਪੋਰਟੈਂਟ ਸੰਸਥਾ ਹੈਗੀ ਆਪਣੇ ਸਮੇਂ ਦੀ ਵੀ ਜਿਹੜੀ ਕਿ 1894 ਦੇ ਵਿੱਚ ਭਾਈ ਵੀਰ ਸਿੰਘ ਦੇ ਦੁਆਰਾ ਜਿਹੜੇ ਹੈ ਸਟੈਬਲਿਸ਼ ਕੀਤੀ ਗਈ ਸੀ ਜੋ ਕਿ ਪਹਿਲੇ ਜਿਹੇ ਪੰਜਾਬੀ ਹੈ ਜਿਨ੍ਹਾਂ ਨੂੰ ਕੇ ਸਹਿਤ ਗਦਵੀ ਪੁਰਸਕਾਰ ਜਿਹੜਾ ਹੈ ਉਹ ਦਿੱਤਾ ਗਿਆ ਸੀਗਾ ਖਾਲਸਾ ਟ੍ਰੈਕਟ ਸੁਸਾਇਟੀ ਦਾ ਮੁੱਖ ਕੰਮ ਕੀ ਸੀਗਾ ਕਿ ਸਿੰਘ ਸਭਾ ਲਹਿਰ ਦੇ ਟੀਚਿਆਂ ਤੇ ਉਦੇਸ਼ਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਸਿੰਘ ਸਭਾ ਦੇ ਟੀਚਿਆਂ ਤੇ ਉਦੇਸ਼ਾਂ ਨੂੰ ਉਤਸ਼ਾਹਿਤ ਜਿਹੜਾ ਹੈ ਉਹ ਕੀਤਾ ਜਾ ਸਕੇ ਬੀ ਨੰਬਰਾ ਜੀ ਚੀਫ ਖਾਲਸਾ ਦਿਵਾਨ ਦੀ ਸਥਾਪਨਾ ਕਦੋਂ ਹੁੰਦੀ ਹੈ 1908 ਦੇ ਵਿੱਚ 1857 ਦੇ ਵਿੱਚ 1896 ਦੇ ਵਿੱਚ ਤੀਜਾ ਫਿਰ 1902 ਦੇ ਵਿੱਚ ਚੀਫ ਖਾਲਸਾ ਦਿਵਾਨ ਦੀ ਸਥਾਪਨਾ ਸਾਲ 1902 ਦੇ ਵਿੱਚ ਕੀਤੀ ਜਾਂਦੀ ਹੈਗੀ ਅਤੇ ਚੀਫ ਖਾਲਸਾ ਦਿਵਾਨ ਦੀ ਸਥਾਪਨਾ ਦਾ ਮੁੱਖ ਕਾਰਨ ਇਹ ਰਹਿੰਦਾ ਹੈਗਾ ਕਿ ਜਿਹੜਾ ਸਿੰਘ ਸੁਭਾਵਾ ਸੰਸਥਾਵਾਂ ਸੀ ਉਹਨਾਂ ਨੂੰ ਪ੍ਰਮੋਟ ਕਰਨਾ ਚੀਪ ਖਾਲਸਾ ਦੀਵਾਨ ਦੀ ਸਥਾਪਨਾ ਸਾਲ 1902 ਦੇ ਵਿੱਚ ਭਾਈ ਵੀਰ ਸਿੰਘ ਦੇ ਦੁਆਰਾ ਹੀ ਕੀਤੀ ਜਾਂਦੀ ਹੈ ਜੀ ਜੋ ਕਿ ਖਾਲਸਾ ਟ੍ਰੈਕ ਸੋਸਾਇਟੀ ਦੇ ਵੀ ਸੰਸਥਾਪਕ ਰਹੇ ਸੀਗੇ ਅਤੇ ਸਿੰਘ ਸੁਭਮਾ ਦੀ ਕੇਂਦਰੀ ਸੰਸਥਾ ਦੇ ਰੂਪ ਦੇ ਵਿੱਚ ਕੰਮ ਕਰਦੀ ਹੈ ਚੀਪ ਖਾਲਸਾ ਦੇ ਦੁਆਰਾ ਇੱਕ ਅनाथ ਆਸ਼ਰਮ ਜਿਹਦਾ ਨਾਮ ਰੱਖਿਆ ਗਿਆ ਸੀ ਸੈਂਟਰਲ ਖਾਲਸਾ ਜਿਤੇਮ ਖਾਨਾ 11 April 1904 ਨੂੰ ਸਟੈਬਲਿਸ਼ ਕੀਤਾ ਗਿਆ ਸੀਗਾ ਜਿੱਥੇ ਯਤੀਮ ਬੱਚਿਆਂ ਨੂੰ ਜਿਹੜਾ ਹੈ ਰੱਖਿਆ ਜਾਂਦਾ ਹੁੰਦਾ ਸੀ ਇਹਦਾ ਮੁੱਖ ਦਫਤਰ ਹੈੱਡ ਕੁਆਰਟਰ ਜਿਹੜਾ ਸੀਗਾ ਉਹ ਅੰਮ੍ਰਿਤਸਰ ਦੇ ਵਿੱਚ ਸੀ ਤੇਦਾ ਪਹਿਲਾ ਪ੍ਰਧਾਨ ਸਰਦਾਰ ਸੁੰਦਰ ਸਿੰਘ ਮਜੀਠੀਆ ਇਸ ਦਾ ਬਣਾਇਆ ਗਿਆ ਸੀਗਾ ਚੀਫ ਖਾਲਸਾ ਦਿਵਾਨ ਦਾ ਵਰਤਮਾਨ ਸਮਸਤਾ ਜਿਹੜਾ ਪ੍ਰਧਾਨ ਹੈ ਉਹ ਹੈ ਡਾਕਟਰ ਇੰਦਰਵੀਰ ਸਿੰਘ ਨਿਜ਼ਰ ਜੋ ਕਿ 15 ਮਾਰਚ 2022 ਤੋਂ ਇਸ ਦਾ ਪ੍ਰੈਜ਼ੀਡੈਂਟ ਰੂਪ ਦੇ ਵਿੱਚ ਭੂਮਿਕਾ ਨਿਭਾ ਰਿਹਾ ਹੈ ਖਾਲਸਾ ਦਿਵਾਨ ਦਾ ਓਕੇ ਸੋ ਇਹ ਸੀ ਆਪਣਾ ਇਹਦਾ ਸੈਸ਼ਨ ਜਿਸ ਦੇ ਵਿੱਚ 20 ਐਮਸੀਕੂਪਾਂ ਪੰਜਾਬ ਜੀਕੇ ਦੇ ਡਿਸਕਸ ਕੀਤੇ ਨੇਗੇ ਉਮੀਦ ਕਰਦਾ ਹਾਂ ਤੁਹਾਡੇ ਸਾਰਿਆਂ ਲਈ ਕਾਫੀ ਜ਼ਿਆਦਾ ਹੈਲਪਫੁਲ ਹੋਊਗਾ ਸਭ ਨੂੰ ਕਾਫੀ ਕੋਈ ਜਿਹੜਾ ਸਿੱਖਣ ਨੂੰ ਮਿਲਿਆ ਹੋਊਗਾ ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਤੇ ਇਹਨਾਂ ਕਲਾਸਾਂ ਦੀ ਜਿਹੜੀ PDF ਹੈ ਸੋ ਉਸ ਨੂੰ ਡਾਊਨਲੋਡ ਕਰਨ ਦੇ ਲਈ ਤੁਸੀਂ ਰਮਨ ਇੰਸਟੀਚਿਊਟ ਜੋ ਐਪ Google Play Store ਤੋਂ ਡਾਊਨਲੋਡ ਕਰ ਸਕਦੇ ਹੋ ਸੋ ਮਿਲਦੇ ਆ नेक्स्ट ਸੈਸ਼ਨ ਦੇ ਵਿੱਚ ਥੈਂਕ ਯੂ so much ji ਐਂਡ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਬਾਕੀ ਦੇ ਜਿਹੜੇ ਦੋਸਤ ਨੇ ਉਹ ਵੀ ਆਪਣੀ ਇਹਨਾਂ ਕਲਾਸ ਨੂੰ ਜੁਆਇਨ ਕਰ ਸਕਣ ਥੈਂਕ ਯੂ so much ji